ਅਸਲਾਮ ਵਾਲੇਕੁਮ, ਅੱਜ ਦੇ ਨਵੇਂ ਵਲੋਗ 'ਚ ਵੈਲਕਮ ਹੋ ਗਿਆ ਸਾਰਿਆਂ ਦਾ। ਅੱਜ ਦਾ ਜਿਹੜਾ ਵਲੋਗ ਹੈ ਉਹ ਬੜਾ ਖਾਸ ਜੀ ਹੈ। ਇਸ ਵਲੋਗ ਨੇ ਤਕਰੀਬਨ 5 ਦਿਹਾੜੇ ਹੋ ਗਏ ਹਨ, ਕਿਉਂਕਿ ਇਸ ਵਾਰ ਤੁਹਾਨੂੰ ਪਤਾ ਮਸਰੂਫੀਆਤ ਬੜੀਆਂ, ਕੰਮ ਸਾਡੇ ਵੀ ਨਹੀਂ ਮੁੱਕਦੇ, ਇਸ ਵਾਸਤੇ ਵਲੋਗ ਵੀ ਬੜਾ ਲੇਟ ਹੋ ਗਿਆ। ਅੱਜ ਦੇ ਵਲੋਗ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੁਹਾਨੂੰ ਇਹਦੇ ਟਾਈਟਲ ਵੇਖ ਕੇ। ਨਹੀਂ ਮਮਾ, ਤੂੰ ਕਿੱਥੇ ਚੱਲਾ? ਆਵਾਜ਼ ਬੰਦ ਕਰੀ। ਕਿੱਥੇ ਚੱਲਾ? ਦੋ ਮਹੀਨਿਆਂ ਤੋਂ ਅਸਾਂ ਸੋਟ ਬਣਾਈ ਹੈ, ਅਸਾਂ ਕੀਰਾਂ ਵਾਲੀ ਜਾਣਾ ਅਤੇ ਉੱਥੇ ਮਸਜਿਦ ਅਸਾਂ ਵੇਖ ਕੇ ਹੀ ਆਉਣੀ ਹੈ। ਆਖਿਰਕਾਰ ਅੱਜ ਦਿਨ ਆ ਗਿਆ ਅਤੇ ਅੱਜ ਸਾਰੇ ਵਿਹਲੇ ਵੀ ਆਉਣ, ਅਤੇ ਇਸ ਵਾਸਤੇ ਅਸੀਂ ਆ ਗਏ ਸਿੱਧਾ ਕੀਰਾਂ ਵਾਲੀ। ਅਜੇ ਅਸੀਂ ਆ ਕੋ ਨਹੀਂ ਗਏ, ਅਜੇ ਅਸੀਂ ਸਫ਼ਰ ਵਿੱਚ ਹੀ ਹਾਂ ਅਤੇ ਪਹਿਲਾਂ ਅਸੀਂ ਬੋਤਲਾਂ ਪੀਂਦੇ ਪਏ, ਕਿਉਂਕਿ ਘਰੋਂ ਵੀ ਅਸੀਂ ਬੜੀ ਜਲਦੀ ਨਿਕਲ ਆਏ ਹਾਂ। ਅੱਜ ਦਾ ਬਾਨੀ ਆਈ ਸਾਡਾ ਮੁਰਤਜ਼ਾ ਸਾਹਿਬ, ਕਿਉਂਕਿ ਮੁਰਤਜ਼ਾ ਸਾਹਿਬ ਹੋਰਾਂ ਦੇ ਭਾਈ ਵੀ ਇਟਲੀ ਅਪੜਿਆ ਅਤੇ ਉਹਦੀ ਪਾਲਟੀ ਵਿਖਵਾਉਣੀ ਵਾਸਤੇ ਅੱਜ ਅਸਾਂ ਇੱਕ ਦਿਨ ਮਖਸੂਸ ਰੱਖ ਲਿਆ। ਜਾਣਾ ਅਤੇ ਕੀਰਾਂ ਵਾਲੀ ਜਾਣਾ ਅਤੇ ਮੰਮਾ ਦਿਨ ਸੋਟ ਬਣਾਈ ਹੈ ਅਤੇ ਉਹਨੇ ਦੀਆਂ ਬੋਤਲਾਂ ਹੀ ਨਹੀਂ ਮੁੱਕਦੀਆਂ ਪਈਆਂ। ਅਸਮ ਬਾਈ ਹੋਰਾਂ ਦੀ ਆਪਣੀ ਮਰਜ਼ੀ ਹੈ ਅਤੇ ਅੱਜ ਉਹਨਾਂ ਇੱਥੇ ਰਕਸ਼ਾ ਖਿਲਵਾ ਲਿਆ, ਕਿਉਂਕਿ ਉਹਨਾਂ ਰਕਸ਼ੇ ਦੇ ਕਾਗਜ਼ ਬਣਵਾਉਣੇ ਆਣ। ਗੱਡੀਆਂ ਦਾ ਆਪਣਾ ਹੀ ਲੈਵਲ ਹੈ ਅਤੇ ਫਿਰ ਰਕਸ਼ੇ ਦਾ ਵੀ ਆਪਣਾ ਹੀ ਲੈਵਲ ਹੈ। ਰਕਸ਼ੇ ਉੱਤੇ ਅਸਾਂ ਕਸੀਦੇ ਲਾਏ ਆਣ ਅਤੇ ਮੈਂ ਪਹਿਲਾਂ ਪੂਰਾ ਮਾਹੌਲ ਅਸੀਂ ਬਣਾ ਕੇ ਗਏ ਹਾਂ। ਜ਼ਰਾ ਮੈਂ ਆਪਣਾ ਬਲਰ ਕਰ ਛੱਡਿਆ, ਕਿਉਂਕਿ ਨਹੀਂ ਸਹੀ ਹੁੰਦਾ ਫਰੰਟ ਕੈਮਰੇ ਵਿੱਚ ਹੀ। ਅਸਮ ਬਾਈ ਅੱਜ ਫੁੱਲ ਫਾਰਮ ਵਿੱਚ ਆਣ, ਜਿਹੜੇ ਅਸਾਂ ਕਸੀਦੇ ਲਾਏ ਜਾਣ ਆਏ ਅਤੇ ਫੁੱਲ ਜੁੰਮਣ ਲੱਗ ਗਿਆ। ਮੁਰਤਜ਼ਾ ਸਾਹਿਬ ਜੀ ਆਪਣੇ ਮੁੱਲ ਵਿੱਚ ਆਣ ਅਤੇ ਜਿਹੜੇ ਆ ਪਿਛਲੇ ਦੋਵੇਂ ਨੇ ਉਂਝ ਸੁੱਤੇ ਪਏ ਆ, ਮੇਰੇ ਦਵਾਲ ਹੀ ਨਹੀਂ ਸਿੱਧੇ ਹੁੰਦੇ ਪੈਣ। ਮੈਂ ਕਿਹਾ ਉੱਥੇ ਜਾਂਦਿਆਂ ਬੂਝਾ ਹੀ ਬਣ ਜਾਣਾ। ਅਸਮ ਬਾਈ ਤੇ ਰਕਸ਼ਾ ਚਲਾ ਚਲਾ ਕੇ ਉਂਝ ਥੱਕ ਗਏ ਅਤੇ ਹੁਣ ਵਾਰੀ ਆਈ ਮੁਰਤਜ਼ਾ ਸਾਹਿਬ ਦੀ। ਇੰਨਾ ਸਫ਼ਰ ਤੈਅ ਕਰਨੇ ਤੋਂ ਬਾਅਦ ਅਸੀਂ ਆ ਗਏ ਕੀਰਾਂ ਵਾਲੀ ਸਿੱਧੇ। ਸਫ਼ਰ ਬਸ ਥੋੜਾ ਜਿਹਾ ਰਹਿ ਗਿਆ, 5 ਜਾਂ 10 ਮਿੰਟਾਂ ਦਾ। ਕੀਰਾਂ ਵਾਲੀ ਮਸਜਿਦ ਦੇ ਬਿਲਕੁਲ ਅਸੀਂ ਕਰੀਬ ਅੱਪੜ ਆਏ ਹਾਂ ਅਤੇ ਜਿਨ੍ਹਾਂ ਬਾਈ ਜੀ ਸਬਸਕ੍ਰਾਈਬ ਤੇ ਲਾਈਕ ਵਾਲਾ ਬਟਨ ਨਹੀਂ ਦਬਾਓ, ਜਲਦੀ ਦਬਾਓ। 5 ਮਿੰਟ ਦਾ ਸਫ਼ਰ ਤੈਅ ਕਰਨੇ ਤੋਂ ਬਾਅਦ ਅਸੀਂ ਪਾਕ ਵਿਗਾ ਮਸਜਿਦ ਵਿੱਚ ਇੰਟਰ ਹੋ ਗਏ ਆ। ਇਸ ਮਸਜਿਦ ਦੀ ਪੂਰੀ ਮੈਂ ਤੁਹਾਨੂੰ ਡਿਟੇਲ ਦੱਸਣਾ, ਇੱਕ ਹਿਸਟਰੀ ਟੈਪ ਜੀ। ਪਹਿਲਾਂ ਤੇ ਅਸਾਂ ਇੱਥੇ ਰਕਸ਼ਾ ਖਲਵਾਣਾ ਤੇ ਪੈਦਲ ਹੀ ਅਸਾਂ ਅੱਜ ਅੰਦਰ ਵੀ ਜਾਣਾ ਹੈ। ਚਲੋ ਠੀਕ ਹੋ ਗਿਆ। ਇਸ ਮਸਜਿਦ ਤੋਂ ਇਲਾਵਾ ਮਾਸ਼ਾਅੱਲਾ ਇੰਨੀ ਮਸਜਿਦ ਤੋਂ ਸਕਦਾ ਵੀ ਨਹੀਂ ਵੇਖੀ ਹੋਣੀ, ਉਹੀ ਤੇ ਮਾਸ਼ਾਅੱਲਾ ਸਾਰੀਆਂ ਮਸਜਿਦਾਂ ਬਹੁਤ ਸੋਹਣੀਆਂ ਹੁੰਦੀਆਂ ਨੇ। ਇਹ ਮਸਜਿਦ ਕਿਸ ਵਜ੍ਹਾ ਤੋਂ ਬਣਾਈ ਜਾਂਦਾ ਤੁਹਾਨੂੰ ਇਹ ਸਾਰੀ ਡਿਟੇਲ ਇਸ ਵੀਡੀਓ ਵਿੱਚ ਅੱਜ ਦੱਸਾਂਗੇ। ਜਿਹਨੇ ਵੀ ਵੇਖਣ ਵਾਲੇ, ਇਸ ਟਾਈਮ ਅਸੀਂ ਕੀਰਾਂ ਵਾਲੇ ਜ਼ਿਲ੍ਹਾ ਗੁਜਰਾਤ ਦੇ ਪਾਕ ਵਿਗਾ ਮਸਜਿਦ ਵਿੱਚ ਮੌਜੂਦ ਹਾਂ। ਇਸ ਪਾਕ ਵਿਗਾ ਮਸਜਿਦ ਦੀ ਤਾਮੀਰ 2001 ਵਿੱਚ ਸ਼ੁਰੂ ਹੋਈ ਹੈ, ਅਜੇ ਵੀ ਮਾਸ਼ਾਅੱਲਾ ਇਹਦਾ ਕੰਮ ਜਾਰੀ ਹੈ। ਇਸ ਮਸਜਿਦ ਦੀ ਖਾਸ ਤੇ ਅਹਿਮ ਗੱਲ ਇਸ ਦੀ ਤਾਮੀਰ ਵਿੱਚ ਨਾ ਬੇਰੇਤ, ਨਾ ਬਜਰੀ, ਨਾ ਸੀਮੇਂਟ, ਨਾ ਸਰੀਏ ਦਾ ਇਸਤੇਮਾਲ ਹੋਇਆ, ਬਲਕਿ ਇਸ ਮਸਜਿਦ ਦੀ ਤਾਮੀਰ ਵਾਈਟ ਮਾਰਬਲ ਨਾਲ ਕੀਤੀ ਗਈ ਹੈ। ਮਾਸ਼ਾਅੱਲਾ ਇਸ ਮਸਜਿਦ ਦੀ ਤਾਮੀਰ ਅਜੇ ਵੀ ਜਾਰੀ ਹੈ। ਤੁਹਾਨੂੰ ਹੋਰ ਵੀ ਦੱਸਣਾ ਇਸ ਮਸਜਿਦ ਨੂੰ ਬਣਾਉਣ ਦਾ ਮਕਸਦ ਕੀ ਹੈ ਤੇ ਇਸ ਮਸਜਿਦ ਦਾ ਨਾਮ ਪਾਕ ਵਿਗਾ ਮਸਜਿਦ ਕਿਉਂ ਰੱਖਿਆ ਗਿਆ? ਅਲਹਾਜ ਡਾਕਟਰ ਹਾਫਿਜ਼ ਫਾਰੂਕ ਹਾਫਿਜ਼ ਅੱਜ ਤੋਂ ਤਕਰੀਬਨ 23 ਸਾਲ ਪਹਿਲਾਂ ਇਸ ਮਸਜਿਦ ਦੀ ਤਾਮੀਰ ਸ਼ੁਰੂ ਕੀਤੀ ਹੈ। ਇਹਨਾਂ ਖੁਦ ਆਪਣੇ ਹੱਥਾਂ ਨਾਲ ਇਹ ਮਸਜਿਦ ਤਾਮੀਰ ਕੀਤੀ ਹੈ। ਇਹਦੇ ਵਿੱਚ ਜਿਹੜੀਆਂ ਤੁਸੀਂ ਆ ਕੁਰਾਨੀ ਆਇਤਾਂ ਵੇਖਦੇ ਪਏ ਹੋ, ਇਹਨਾਂ ਵੀ ਆਪਣੇ ਹੱਥੇ ਨਾਲ ਤਰਾਸ਼ ਤਰਾਸ਼ ਕੇ ਲਿਖੀਆਂ। ਇਸ ਮਸਜਿਦ ਦੀ ਤਾਮੀਰ 3 ਹਿੱਸਿਆਂ ਵਿੱਚ ਕੀਤੀ ਗਈ ਹੈ। ਪਹਿਲੇ ਹਿੱਸੇ ਵਿੱਚ ਇਹਨਾਂ ਮਾਸ਼ਾਅੱਲਾ ਤਾਮੀਰ ਸ਼ੁਰੂ ਕੀਤੀ ਹੈ ਮਿੰਬਰ ਦੀ, ਮਤਲਬ ਕਿ ਫਰੰਟ ਸਾਈਡ ਦੀ। ਦੂਜੇ ਹਿੱਸੇ ਵਿੱਚ ਮਸਜਿਦ ਦਾ ਫਰਸ਼, ਤੀਜਾ ਹਿੱਸਾ ਮਸਜਿਦ ਦਾ ਦਾਖਲੀ ਹਿੱਸਾ, ਜਿਹਦਾ ਕਈ ਸਾਲਾਂ ਤੋਂ ਅਜੇ ਵੀ ਇਹਦਾ ਕੰਮ ਜਾਰੀ ਹੈ। ਇਸ ਮਸਜਿਦ ਨੂੰ 23 ਸਾਲ ਹੋ ਗਏ, ਅਜੇ ਵੀ ਇਹਦੀ ਤਾਮੀਰ ਮੁਕੰਮਲ ਨਹੀਂ। ਮਾਸ਼ਾਅੱਲਾ ਮਸਜਿਦ ਪੂਰੀ ਸੋਹਣੀ ਹੈ, ਨਾਲ ਹੀ ਇਹ ਪੂਰੀ ਵਾਈਟ ਵੀ। ਇਹਦੇ ਤੇ ਜਿਹੜਾ ਪੱਥਰ ਯੂਜ਼ ਹੋਇਆ ਉਹ ਕੋਈ ਆਮ ਪੱਥਰ ਨਹੀਂ, ਉਹ ਸੰਗੇ ਮਰਮਰ ਦਾ ਪੱਥਰ ਹੈ। ਮਾਸ਼ਾਅੱਲਾ ਇਸ ਮਸਜਿਦ ਦੀਆਂ ਕੰਧਾਂ ਉੱਤੇ ਕੁਰਾਨੀ ਆਇਤਾਂ ਵੀ ਲਿਖੀਆਂ, ਨਾਲ ਹੀ ਇਸ ਮਸਜਿਦ ਵਿੱਚ 1000 ਬੰਦਾ ਨਮਾਜ਼ ਵੀ ਪੜ੍ਹ ਸਕਦਾ, ਨਾਲ ਹੀ ਇਸ ਮਸਜਿਦ ਵਿੱਚ ਬਾਰੀਆਂ ਵੀ ਨਿੱਕੀਆਂ ਨਿੱਕੀਆਂ ਬਣੀਆਂ ਜਿਹਦੇ ਵਿੱਚ ਠੱਡੀ ਹਵਾ ਹੁੰਦੀ ਹੈ। ਇਸ ਮਸਜਿਦ ਦੀ ਅਹਿਮ ਗੱਲ ਇਹ ਵੀ ਇਹਦੇ ਵਿੱਚ ਵੈਰਿੰਗ ਵੀ ਕੋਈ ਨਹੀਂ, ਮੈਂ ਤੇ ਆਣਾ ਇਸ ਮਸਜਿਦ ਵਿੱਚ ਵੈਰਿੰਗ ਦੀ ਲੋੜ ਹੀ ਕੋਈ ਨਹੀਂ, ਉਂਝ ਹੀ ਬੜਾ ਪੱਥਰ ਠੱਡਾ ਜਿਹਾ ਹੈ। ਇੱਥੇ ਅਸਾਂ ਬਾਈ ਰੰਗੋ ਇੰਟਰਵਿਊ ਲਿਆ ਤੇ ਉਹ ਉੱਤੇ ਉੱਤੇ ਬੋਲਣ ਦੇ ਤੇ ਅਸੀਂ ਇੰਨੇ ਵਿੱਚ ਆ ਉੱਤੇ ਤੁਹਾਨੂੰ ਵੀਡੀਓ ਵਿਖਾਉਂਦੇ ਆ ਜਿਹੜੀਆਂ ਮੈਂ ਰਾਜ ਬੜੀਆਂ ਬਣਾਈਆਂ। ਇਸ ਮਸਜਿਦ ਕੀ ਵਜ੍ਹਾ ਤਾਮੀਰ ਜੋ ਸੀ ਉਹ ਇਹ ਸੀ ਕਿ ਜਦ ਮੇਰੇ ਵਾਲਦ ਮਾਜਿਦ ਮਦੀਨੇ ਸ਼ਰੀਫ ਤਸ਼ਰੀਫ ਲੈ ਕੇ ਗਏ 2000 ਮੇਂ, ਤੋ ਉਸ ਵਕਤ ਵਹਾਂ ਪੇ ਉਨਕੋ ਆਪ ਸੱਲੱਲਾਹੁ ਅਲੈਹਿ ਵਸੱਲਮ ਕਾ ਫਰਮਾਨ ਹੁਆ ਕਿ ਯਹਾਂ ਪੇ ਇੱਕ ਮਸਜਿਦ ਬਣਾਈ ਜਾਏ, ਕਿਉਂਕਿ ਇਸਕਾ ਪਹਿਲੇ ਸੇ ਹੀ ਇੱਕ ਜੋ ਥਾ ਵੋ ਚੀਜ਼ ਸੀ ਕਿ ਜਿਸਕੀ ਵਜ੍ਹਾ ਸੇ ਪਹਿਲੇ ਮੇਰੇ ਜੱਦੇ ਅਮਜਦ ਕੋ ਯਹਾਂ ਪੇ ਜ਼ਿਆਰਤ ਹੋਈ। ਤੋ ਜਬ ਮੇਰੇ ਵਾਲਦ ਮਾਜਦ ਮਦੀਨਾ ਮੁਨੱਵਰਾ ਤਸ਼ਰੀਫ ਲੈ ਕੇ ਗਏ ਤੋ ਵਹਾਂ ਪੇ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਕਾ ਹੁਕਮ ਹੁਆ ਕਿ ਆਪਨੇ ਇਸ ਜਗ੍ਹਾ ਪੇ ਮਸਜਿਦ ਬਣਾਉਣੀ ਹੈ, ਇਸ ਲਈ ਇਸ ਮਸਜਿਦ ਕੋ ਪਾਕ ਵਿਗਾ ਸ਼ਰੀਫ ਕਹਾ ਜਾਤਾ ਹੈ। ਇਹ ਸਿਰਫ ਔਰ ਸਿਰਫ ਆਪ ਸੱਲੱਲਾਹੁ ਅਲੈਹਿ ਵਸੱਲਮ ਕਾ ਕਰਮ ਔਰ ਆਪ ਸੱਲੱਲਾਹੁ ਅਲੈਹਿ ਵਸੱਲਮ ਕੀ ਅਤਾ ਹੈ ਕਿ ਜਿਸਕੀ ਵਜ੍ਹਾ ਸੇ ਵਗਰਨਾ ਇੱਕ ਆਈ ਸਰਜਨ ਜੋ ਹੈ ਵੋ ਕਿਸੇ ਤਰ੍ਹਾਂ ਵੀ ਇਹ ਕਾਮ ਨਹੀਂ ਕਰ ਸਕਤਾ। ਇਸ ਕਾਮ ਕੇ ਲੀਏ ਬਹੁਤ ਸਾਲ ਜੋ ਹੈ ਵੋ ਮਿਹਨਤ ਕੀ ਜ਼ਰੂਰਤ ਹੋਤੀ ਹੈ,
بہت سال کا تجربہ چاہیے ہوتا ہے، لیکن آپ صلی اللہ علیہ وسلم کا ایک رات جب وہ میرے والد ماجد نے یہاں پہ مستری اور مزدور بلائے، بہت بہت قسم کی جگہوں سے بلائے، اٹلی سے، ہندوستان سے وغیرہ وغیرہ، لیکن سب نے ادھر آ کے کام کرنے سے انکار کر دیا، کیونکہ والد صاحب کہتے تھے کہ مجھے ایک سوتر کا بھی فرق نہیں چاہیے، وہ کہتے تھے کہ اس طرح پاسبل نہیں ہے، فرق آئے گا. تو میرے والد ماجد نے کہا کہ میں فرق برداشت نہیں کر سکتا، اس لیے انہوں نے ان سب کو جو ہے وہ اس کام سے فارغ کر دیا. تو پھر میرے والد ماجد بہت زیادہ پریشان تھے. ایک رات آپ صلی اللہ علیہ وسلم کی زیارت ہوئی، آپ صلی اللہ علیہ وسلم نے فرمایا کہ یہ خود ہی کام کر لیں، جس کی وجہ سے پھر ساری کاروینگ ہوئی. اور جب اسی طرح معاملہ آیا کیلی گرافی کا، اس وقت ایک بہت بڑے خطاط تھے جن کے پاس والد ماجد نے جو ہے وہ پتھر کا کہا کہ ان کو آپ ادھر آ کے کیلی گرافی کر دیں، لیکن انہوں نے کہا کہ آپ کو لاہور آنا پڑے گا، میں نہیں ادھر آ کر سکتا. تو میرے والد ماجد کو رات کو زیارت ہوئی، آپ صلی اللہ علیہ وسلم نے فرمایا آپ خود ہی کریں، جس کے نتیجے میں یہ گنبدوں پہ سورہ یاسین شریف اور ساری یہ خطاطی آپ کے سامنے موجود ہیں. ਸਕਦੇ ਹੋ ਬਾਈ ਯਾਰਾਂ ਵੀ ਤੁਹਾਨੂੰ ਚੰਗੀ ਇਨਫੋਰਮੇਸ਼ਨ ਦਿੱਤੀ ਹੈ ਅਤੇ ਇਸ ਮਸਜਿਦ ਬਾਰੇ ਜਿੰਨਾ ਸਾਡੇ ਕੋਲ ਹੋ ਸਕਦਾ ਹੈ ਮੈਂ ਜਿਵੇਂ ਉਨਾ ਹੀ ਦੱਸਿਆ. ਪੂਰੀ ਮਸਜਿਦ ਫਿਰਨੇ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਵਾਪਸ ਗਰੇ ਹਲ, ਕਿਉਂਕਿ ਟਾਈਮ ਵੀ ਬੜਾ, ਜਿਤਨੀ ਇਨਫੋਰਮੇਸ਼ਨ ਹੋ ਸਕਦੀ ਹੈ ਮੈਂ ਤੁਹਾਨੂੰ ਦਿੱਤੀ. ਮਸਜਿਦ ਫਿਰਨੇ ਤੋਂ ਬਾਅਦ ਇੱਕ ਪਾਸ ਜਿਹੀ ਹੋਟਲ ਆਈ ਅਤੇ ਅਸੀਂ ਉਹਦੇ ਵਿੱਚ ਵੜ, ਕਿਉਂਕਿ ਅੱਜ ਅਸਾਂ ਜਿੰਨਾ ਵੀ ਹੈ ਮਸਜਿਦ ਸਾਰੀ ਫਿਰੀ ਹੈ, ਸਾਰੀ ਵੇਖੀ ਆਈ ਦਾ ਬਾਨੀ ਹੈ ਮੁਰਤਜ਼ਾ ਦਾ ਦੱਸਿਆ ਭਰਾ ਉਹਦੀ ਵਜ੍ਹਾ ਤੋਂ ਪਾਲਟੀ ਵੀ ਖਵਾਉਣੀ ਹੈ, ਇਸ ਵਾਸਤੇ ਅਸੀਂ ਹੋਟਲ 'ਚ ਵੜ ਆਏ ਹਾਂ. ਅਸਾਂ ਕਿ ਹੁਣ ਜਾਂਦੀ ਵੇਰ ਕੋਈ ਬੰਦੇ ਸਾਡੇ ਬੜੇ ਥੋੜ੍ਹੇ, ਕਿਉਂਕਿ ਦੋ ਬੰਦੇ ਸਾਡੇ ਬਿਮਾਰ ਹੋ ਗਏ ਆ. ਨਾਲ ਹੀ ਅਸਾਂ ਮੰਗਵਾ ਲਿਆ ਵਾਈਟ ਚਿਕਨ ਕੜਾਈ, ਅਸਾਂ ਕਿ ਅੱਜ ਹੀ ਖਾਂਦੇ ਹਾਂ. ਟਾਈਮ ਬਾਹਲਾ ਹੋ ਗਿਆ ਅਤੇ ਵਲੋਗ ਵੀ ਬੜਾ ਲੰਮਾ ਹੁੰਦਾ ਪਿਆ ਅਤੇ ਅੱਜ ਤਾਂ ਵਲੋਗ ਨਹੀਂ ਠੀਕ. ਜਿਸ ਬਾਈ ਜੇ ਸਬਸਕ੍ਰਾਈਬ ਅਤੇ ਲਾਈਕ ਵਾਲਾ ਬਟਨ ਨਹੀਂ ਦਬਾਇਆ ਉਹ ਦਬਾ ਛੱਡੋ, ਅਤੇ ਮੁਰਤਜ਼ਾ ਸਾਹਿਬ ਪਾਲਟੀ ਖਵਾਉਣ ਵਾਸਤੇ ਬਹੁਤ ਸ਼ੁਕਰੀਆ.